ਤੇਰੇ ਵਿਆਹ ਵੀ ਉਹਦਾ ਵੀ ਕੋਈ ਸੋਚੀ ਹੈ ਨਾ ਯਾਰ ਉਹ ਤੂੰ ਭਰਾ ਮਰ ਹੈਂ ਉਹ ਜਾ ਤੂੰ ਭਰਾਵਾ ਕਿਉਂ ਉਹ ਨਾ ਤੂੰ ਕਰ ਗਿਆ ਕਰ ਮੈਨੂੰ ਪਿੱਛੇ ਪੈ ਗਏ ਤੇ ਵਿਆਹ ਤੇ ਕਰਾਣਾ ਹੀ ਹੈ ਨਾ ਬੇਬੀ ਐਵੇਂ ਥੋੜਾ ਇੰਨਾ ਮਤਲਬ ਹੋਣਾ ਮੈਂ ਨਹੀਂ ਕਰਾਣਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਉਹ ਫੀਮੇਲ ਵੋਕਲਿਸਟ ਜਿਸ ਦਾ ਆਉਂਦੇ ਸਮੇਂ 'ਚ ਸਾਨੂੰ ਗਾਣਾ ਸੁਣਨ ਨੂੰ ਮਿਲੇਗਾ ਲਾਈਕ ਯੂ। ਜੀ ਹਾਂ, ਮੈਂ ਗੱਲ ਕਰ ਰਿਹਾ ਕੌਰ ਬੀ ਦੀ। ਕੌਰ ਬੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਜਦ ਕੌਰ ਬੀ ਦੇ ਬ੍ਰਦਰ ਉਸਨੂੰ ਉਸਦੇ ਵਿਆਹ ਦੇ ਬਾਰੇ ਪੁੱਛਦੇ ਨੇ ਤਾਂ ਕੌਰ ਬੀ ਆਪਣੀ ਵਿਆਹ ਦੀ ਗੱਲ ਨੂੰ ਲੈ ਕੇ ਕੰਨੀ ਕਤਰਾਉਂਦੀ ਨਜ਼ਰ ਆਉਂਦੀ ਹੈ। ਕੀ ਹੈ ਕਾਰਨ ਕੌਰ ਬੀ ਦੇ ਆਪਣੀ ਵਿਆਹ ਨੂੰ ਲੈ ਕੇ ਕੰਨੀ ਕਤਰਾਉਣ ਦਾ, ਆਓ ਜਾਣੀਏ ਤੇ ਦੇਖੀਏ ਇਸ ਵੀਡੀਓ ਦੇ ਵਿੱਚ। ਹਾਂ ਬੇਬੀ, ਅੱਜ ਆਪਾਂ ਕੀ ਬਣਾਇਆ? ਪਤਾ ਨੀ, ਮੈਂ ਸੋਚਦਾ ਪਿਆ ਸੀਗਾ, ਮੈਂ ਕੱਲ ਸੋਚਦਾ ਪਿਆ ਹਾਂ ਵੀ ਮਤਲਬ ਹੁਣ ਆਪਾਂ ਤੇਰੇ ਵਿਆਹ ਵੀ ਉਹਦਾ ਵੀ ਕੋਈ ਸੋਚੀਏ ਨਾ ਯਾਰ ਉਹ ਤੂੰ ਭਰਾ ਮਰ ਹੈਂ ਉਹ ਜਾ ਤੂੰ ਭਰਾਵਾ ਕਿਉਂ ਉਹ ਨਾ ਤੂੰ ਕਰ ਗਿਆ ਕਰ ਮੈਨੂੰ ਪਿੱਛੇ ਪੈ ਗਏ ਤੇ ਵਿਆਹ ਤੇ ਕਰਾਣਾ ਹੀ ਹੈ ਨਾ ਬੇਬੀ ਐਵੇਂ ਥੋੜਾ ਇੰਨਾ ਮਤਲਬ ਹੋਣਾ ਮੈਂ ਨਹੀਂ ਕਰਾਣਾ ਯਾਰ ਹਾਂ ਤੋ ਗਈ ਵਧੀਆ ਲੱਗਦੀ ਹੱਸਦੀ ਮਤਲਬ ਮੈਂ ਹੁਣ ਘਰ ਜਾਣਾ ਹੁਣ ਆਪਾਂ ਗੱਲ ਕਰਨੀ ਹੈ ਵਿਆਹ ਵੀ ਉੱਪਰ ਉਹ ਤੂੰ ਕਿਵੇਂ ਦਾ ਭਰਾ ਹੈ ਯਾਰ ਕਰ ਦੋਗੀ ਕਿਉਂ ਤੇ ਭਰਾ ਤੇ ਆ ਹੀ ਹੁੰਦੇ ਨਾ ਵੀ ਹੁਣ ਵਿਆਹ ਤੇ ਹੁਣ ਤੇਰੇ ਕਰਨੀ ਫਿਰ ਪਿੱਛੇ ਪੈ ਜਾਂਦੇ ਨੇ ਸਾਰੇ ਨਹੀਂ ਵਧੀਆ ਲੱਗਦੀ ਹੱਸਦੀ ਖੇਡਦੀ ਮੈਂ ਦੱਸ ਕੀ ਮੰਗਿਆ ਤੇ ਤੂੰ ਮੰਗਿਆ ਤੇ ਕੁਛ ਨਹੀਂ ਪਰ ਹੁਣ ਜਿਹੜਾ ਦਸਤੂਰ ਬਣਿਆ ਨਾ ਉਹ ਤੇ ਆਪਾਂ ਨੂੰ ਕਰਨਾ ਹੀ ਪੈਣਾ ਉਹ ਤੂੰ ਰਹਿਣ ਦੇ ਭਰਾਵਾ ਕਿਉਂ ਉਹ ਮੈਂ ਨਹੀਂ ਕਰਾਣਾ